ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਵਿਨ ਨਿਊਜ਼ ਟੀਵੀ 84 ਦੇ ਨਾਲ ਦਰਸ਼ਕੋ ਕੱਲ ਨਵੰਬਰ 84 ਦੇ ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਦੇ ਵਿਰੋਧ 'ਚ ਸਿੱਖ ਕੌਮ ਵਿੱਚ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ ਸਿੱਖ ਆਪਣਾ ਰੋਸ ਜ਼ਾਹਰ ਕਰਨ ਲਈ ਹਰ ਜਗ੍ਹਾ ਤੇ ਰੋਸ ਮਜਾਰੇ ਕਰ ਰਹੇ ਹਨ ਅਤੇ ਧਰਨੇ ਵੀ ਦੇ ਰਹੇ ਹਨ ਜਦੋਂ ਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਤਿਲਾਂ ਦੇ ਵਿੱਚੋਂ ਤੇਲ ਨਹੀਂ ਨਿਕਲਣਾ ਇਸ ਕੇਸ ਦੇ ਸੰਬੰਧੀ ਅੱਜ ਅਸੀਂ ਅਮਰੀਕਾ ਦੀਆਂ ਦੋ ਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸਭ ਤੋਂ ਪਹਿਲਾਂ ਜੁੜ ਚੁੱਕੇ ਨੇ ਸਰਦਾਰ ਜਸਵੰਤ ਸਿੰਘ ਹੋਠੀ ਪ੍ਰੈਜ਼ੀਡੈਂਟ ਆਫ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਨਿਊਜ਼ ਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਸਭ ਤੋਂ ਪਹਿਲਾਂ ਟੀਵੀ 84 ਦੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਹੜਾ ਜਿਸ ਤੋਂ ਤੁਸੀਂ ਜਾਣਦੇ ਹੋ ਦਿੱਲੀ ਦੀ ਕੋਰਟ ਨੇ ਸੱਜਣ ਕੁਮਾਰ ਨੂੰ ਵਰੀ ਕਰ ਦਿੱਤਾ ਤੁਸੀਂ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਜੋ ਅਸੀਂ ਭੈਣ ਜੀ ਦੇਖਿਆ ਪਿਛਲੇ ਕੁਝ ਦਿਨਾਂ ਤੋਂ ਇੰਡੀਆ ਤੋਂ ਜਿਹੜੇ ਨਿਊਜ਼ ਚੈਨਲ ਨੇ ਜਾਂ ਇੱਥੇ ਦੇ ਨਿਊਜ਼ ਚੈਨਲ ਨੇ ਭਾਵੇਂ ਕਿ ਸਿੱਖਾਂ ਨੂੰ ਪਹਿਲਾਂ ਹੀ ਇਸ ਚੀਜ਼ ਦੀ ਉਮੀਦ ਸੀ ਕਿ ਇਹਨਾਂ ਕੇਸਾਂ ਦੇ ਵਿੱਚ ਜਿਸ ਕੇਸ ਨੂੰ ਤਕਰੀਬਨ 39 ਸਾਲ ਹੋ ਗਏ ਨੇ ਔਰ ਉਹ ਵੱਖੋ ਵੱਖਰੇ ਜਿਹੜੇ ਕਮਿਸ਼ਨ ਬੈਠੇ ਨੇ ਉਹਨਾਂ ਨੇ ਭਮਾ ਕੇ ਆਪਣੀਆਂ ਰਿਪੋਰਟਾਂ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਔਰ ਬੀਬੀ ਜਗਦੀਸ਼ ਕੌਰ ਔਰ ਉਹਨਾਂ ਦੇ ਨਾਲ 17 ਅਗਵਾਹ ਵੀ ਜਿਹੜੇ ਖੜੇ ਹੋਏ ਇਹਨਾਂ ਦੇ ਕਰਨ ਦੇ ਬਾਵਜੂਦ ਵੀ ਜੋ ਸਿੱਖਾਂ ਦੇ ਝੋਲੀ ਚ ਨਿਰਾਸ਼ਾ ਪਈ ਹੈ ਇਹਦੇ ਨਾਲ ਜਿਹੜੇ ਦੇਸ਼ੀ ਅਤੇ ਵਿਦੇਸ਼ੀ ਸਿੱਖ ਜਿਹੜੇ ਵਸਦੇ ਨੇ ਉਹਨਾਂ ਦਾ ਇਹ ਇੰਡੀਆ ਦੀ ਜੁਡੀਸ਼ਰੀ ਦੇ ਵਿੱਚ ਜਿਹੜਾ ਕੁਝ ਥੋੜਾ ਬੜਾ ਵਿਸ਼ਵਾਸ ਵੀ ਸੀ ਮੇਰਾ ਖਿਆਲ ਆ ਕਿ ਸਮੁੱਚੇ ਸਿੱਖ ਭਾਈਚਾਰੇ ਨੂੰ ਇਸ ਗੱਲ ਦਾ ਰੋਸ ਆ ਕਿ 39-30 ਸਾਲ ਬੀਤਣ ਦੇ ਬਾਵਜੂਦ ਵੀ ਕੋਈ ਸਿੱਖਾਂ ਨੂੰ ਜਿਹੜਾ ਨਿਆਂ ਨਹੀਂ ਮਿਲਿਆ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਹਨਾਂ ਦੇ ਖਿਲਾਫ 17 ਗਵਾਹ ਵੀ ਸੀ ਪਰ ਫਿਰ ਵੀ ਕੋਰਟ ਨੇ ਕਿਹਾ ਕਿ ਉਹਨਾਂ ਕੋਈ ਇਨਫ ਸਬੂਤ ਨਹੀਂ ਸੀਗੇ ਤੇ ਸਾਨੂੰ ਇੰਡੀਆ ਦੇ ਕੋਰਟ ਵਿੱਚ ਕਦੀ ਇਨਸਾਫ ਮਿਲੇਗਾ ਦੇਖੋ ਉਹਦੀ ਇੱਕ ਜਿੰਦੀ ਜਾਗਦੀ ਉਦਾਹਰਣ ਮਿਸਾਲ ਆ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਜਿਹਨਾਂ ਦਾ ਬੜਾ ਪਿਛਲੇ ਕਈ ਸਾਲਾਂ ਤੋਂ ਆਪ ਜੀ ਨੇ ਸੁਣਿਆ ਹੈ ਕਿ ਜੋ ਫਾਂਸੀ ਦਾ ਹੁਕਮ ਔਰ ਉਹਨਾਂ ਦਾ ਸੁਪਰੀਮ ਕੋਰਟ ਵੱਲੋਂ ਜਾਂ ਮਰਸੀ ਪਟੀਸ਼ਨ ਨੂੰ ਰੱਦ ਕਰ ਦੇਣਾ ਔਰ ਉਹਨਾਂ ਨੂੰ ਫਾਂਸੀ ਦੇ ਫੰਦੇ ਤੇ ਇਸ ਲਈ ਲਟਕਾਇਆ ਜਾ ਰਿਹਾ ਕਿ ਉਹਨਾਂ ਦੇ ਬਰਖਿਲਾਫ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਗਵਾਹ ਸੀ ਉਹਨਾਂ ਨੇ ਵੀ ਕਿਸੇ ਨੂੰ ਉਹਨਾਂ ਨੂੰ ਪਛਾਣਿਆ ਨਹੀਂ ਤੇ ਜਦੋਂ ਪੁਲਿਸ ਦੀ ਤਸ਼ੱਦਦ ਉਹਨਾਂ ਦੇ ਹੋ ਰਹੀ ਸੀ ਔਰ ਉਹਨਾਂ ਦੇ ਤਸ਼ੱਦਦ ਦੇ ਦੌਰਾਨ ਜਿਹੜੀ ਉਹਨਾਂ ਦੀ ਕਨਫੈਸ਼ਨ ਸਟੇਟਮੈਂਟ ਸੀ ਈਵਨ ਕਿ ਪ੍ਰੋਫੈਸਰ ਨੌਜਵਾਨ ਜਿਹੜੇ ਦਵਿੰਦਰਪਾਲ ਸਿੰਘ ਭੁੱਲਰ ਇੱਕ ਪੜ੍ਹੇ ਲਿਖੇ ਵਿਅਕਤੀ ਨੇ ਔਰ ਜਿਹੜਾ ਉਹਨਾਂ ਦੇ ਬਰਖਿਲਾਫ ਇਸ ਵੇਲੇ ਸਬੂਤ ਹੈ ਉਹਨਾਂ ਦੀ ਸਟੇਟਮੈਂਟ ਹੈ ਉਹਦੇ ਉੱਤੇ ਅੰਗੂਠਾ ਲੱਗਾ ਹੋਇਆ ਸਾਫ਼ ਨਜ਼ਰ ਆ ਰਿਹਾ ਕਿ ਇੰਨੇ ਅਗਵਾਹ ਹੋਣ ਦੇ ਬਾਵਜੂਦ ਕੋਈ ਵੀ ਅਗਵਾਹ ਜਿਹੜਾ ਇਹ ਗੱਲ ਕਹਿਣ ਲਈ ਤਿਆਰ ਨਹੀਂ ਕਿ ਅਸੀਂ ਜਿਹੜਾ ਭੁੱਲਰ ਨੂੰ ਦੋਸ਼ੀ ਮੰਨਦੇ ਹਾਂ ਜਾਂ ਉਹਨਾਂ ਨੇ ਉਸ ਬੰਬ ਕਾਂਡ ਦੇ ਵਿੱਚ ਉਹਨਾਂ ਨੂੰ ਦੇਖਿਆ ਔਰ ਉਹਨਾਂ ਦਾ ਕੋਈ ਸਬੂਤ ਨਹੀਂ ਸਿਰਫ ਇੱਕੋ ਹੀ ਸਬੂਤ ਉਹਨਾਂ ਦੀ ਕਨਫੈਸ਼ਨ ਜਿਹੜੀ ਸਟੇਟਮੈਂਟ ਆ ਉਹ ਵੀ ਪੁਲਿਸ ਤਸ਼ੱਦਦ ਦੇ ਵਿੱਚ ਜੋ ਉਹਨਾਂ ਦਾ ਅੰਗੂਠਾ ਲਵਾਇਆ ਗਿਆ ਔਰ ਉਹਦੇ ਆਧਾਰ ਦੇ ਉੱਤੇ ਜਿਹੜਾ ਕੋਰਟ ਕਚਹਿਰੀਆਂ ਦਾ ਉਹਨਾਂ ਨੂੰ ਫਾਂਸੀ ਦੇ ਫੰਦੇ ਤੇ ਲਟਕਾ ਦੇਣਾ ਔਰ ਇੱਧਰ ਜਿੰਦੀ ਜਾਗਦੀ ਮਿਸਾਲ ਜਿਹੜੇ 17 ਗਵਾਹ ਵੀ ਨੇ ਔਰ 2799 ਜਿਹੜੇ ਲੋਕ ਉੱਥੇ ਇੰਡੀਆ ਦੀ ਆਪਣੀ ਜਿਹੜੀ ਸਟੇਟਮੈਂਟ ਆ ਗੌਰਮੈਂਟ ਦੇ ਸੋਰਸਿਸ ਨੇ ਇਹਨਾਂ ਦੀਆਂ ਆਪਣੀਆਂ ਰਿਪੋਰਟਾਂ ਨੇ ਕਿ 2799 ਜਿਹੜੇ ਵਿਅਕਤੀ ਉੱਥੇ ਮਾਰੇ ਗਏ ਔਰ 30 ਸਾਲ ਦੇ ਦੌਰਾਨ 2800 ਉਹ ਵਿਅਕਤੀਆਂ ਦਾ ਹਾਲੇ ਤੱਕ ਕੋਈ ਦੋਸ਼ੀ ਨਾ ਲੱਭਣਾ ਇਹ ਆਪਣੇ ਆਪ ਦੇ ਵਿੱਚ ਇੱਕ ਸਾਰੀ ਜਿਹੜੀ ਤਸਵੀਰ ਇਹ ਬਿਆਨ ਕਰਦੀ ਆ ਕਿ ਜੋ ਸਿੱਖਾਂ ਨਾਲ ਇਸ ਵੇਲੇ ਧੱਕਾ ਹੋ ਰਿਹਾ ਉਹਨਾਂ ਨੂੰ ਨਿਰਦੋਸ਼ਾਂ ਨੂੰ ਜਿਹੜਾ ਫਾਂਸੀ ਤੇ ਚੜਾਇਆ ਜਾ ਰਿਹਾ ਔਰ ਇਹੋ ਜਿਹੇ ਦੋਸ਼ੀ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਬਰੀ ਕੀਤਾ ਜਾ ਰਿਹਾ ਜੀ ਆਪਣੇ ਪੰਜਾਬੀਆਂ ਤੇ ਆਪਣੇ ਸਿੱਖਾਂ ਤੇ ਇੰਨਾ ਧੱਕਾ ਲੱਗ ਰਿਹਾ ਕਿ ਸਾਨੂੰ ਇੰਡੀਆ ਦੇ ਵਿੱਚ ਸਾਨੂੰ ਹੁਣ ਇਨਸਾਫ ਕਦੀ ਮਿਲੇਗਾ ਕਿ ਨਹੀਂ ਮਿਲੇਗਾ ਇੰਨਾ ਸਾਡੇ ਨਾਲ ਹੀ ਕਿਉਂ ਇੰਨਾ ਸਾਡੇ ਮਾਈਨੋਰਿਟੀ ਦੇ ਨਾਲ ਕਿਉਂ ਧੱਕਾ ਹੋ ਰਿਹਾ ਦੇਖੋ ਜੀ ਜਦੋਂ ਕਦੀ ਅਸੀਂ ਸੁਰਤ ਸੰਭਾਲੀ ਆ 84 ਦੇ ਜੋ ਦਰਬਾਰ ਸਾਹਿਬ ਦੇ ਉੱਤੇ ਸਾਕਾ ਹੋਇਆ ਉਸ ਤੋਂ ਬਾਅਦ ਇਸੇ ਇੰਡੀਆ ਦੀ ਜੁਡੀਸ਼ਰੀ ਨੇ ਕਿੰਨੇ ਸਿੱਖਾਂ ਨੂੰ ਫਾਂਸੀ ਦੇ ਫੰਦੇ ਤੇ ਲਟਕਾਇਆ ਔਰ ਸਿੱਖਾਂ ਦੇ ਮਨ ਦੇ ਵਿੱਚ ਇਹੀ ਰੋਸ ਆ ਕਿ ਜਿਸ ਮੁਲਕ ਲਈ ਅਸੀਂ
90% ਕੁਰਬਾਨੀਆਂ ਕੀਤੀਆਂ ਪੰਜਾਬ ਨੂੰ ਸਾਰੀ ਸਮੁੱਚੀ ਇੰਡੀਆ ਦਾ ਆਂਦਾ ਤਾਂ ਕਿਹਾ ਗਿਆ ਅੱਜ ਜਿਹੜੇ ਸਿੱਖ ਨੇ ਉਹ ਖੁਦਕੁਸ਼ੀ ਕਰ ਰਹੇ ਨੇ ਸਾਨੂੰ ਫਾਈਨੈਂਸ਼ੀਅਲੀ ਤੌਰ ਤੇ ਆਰਥਿਕ ਤੌਰ ਤੇ ਜਾਂ ਧਾਰਮਿਕ ਤੌਰ ਤੇ ਕਿਵੇਂ ਸਾਨੂੰ ਜਲੀਲ ਕੀਤਾ ਜਾ ਰਿਹਾ ਕਿਵੇਂ ਸਾਨੂੰ ਮਾਰਿਆ ਕੁੱਟਿਆ ਜਾ ਰਿਹਾ ਸੋ ਮੇਰੇ ਕਹਿਣ ਤੋਂ ਇਹੀ ਭਾਵ ਆ ਕਿ ਅੱਗੇ ਸਿੱਖਾਂ ਦੇ ਅਗੇਂਸਟ ਜੋ ਉਹ ਸਿੱਖ ਸਮਝਦੇ ਨੇ ਕਿ ਸਿੱਖਾਂ ਨਾਲ ਇੱਕ ਇਨਜਸਟਿਸ ਦਾ ਢੇਰ ਲੱਗਾ ਹੋਇਆ ਮੈਂ ਸਮਝਦਾ ਕਿ ਇੱਕ ਅਡੀਸ਼ਨਲ ਉਹਦੇ ਵਿੱਚ ਇੱਕ ਵਾਕਿਆ ਜਿਹੜਾ ਜੋੜ ਦੇਣਾ ਚਾਹੀਦਾ ਕਿ ਇੱਕ ਸਿੱਖਾਂ ਦੇ ਨਾਲ ਇੱਕ ਹੋਰ ਜਿਹੜਾ ਇਹ ਧੱਕਾ ਹੋਇਆ ਔਰ ਜਿਹੋ ਜਿਹੇ ਹਾਲਾਤ ਨੇ ਔਰ ਜਿਹੋ ਜਿਹਾ ਸਾਡੇ ਹੱਕ ਦੇ ਉੱਤੇ ਪਾਬੰਦੀ ਲਾਉਣੀ ਔਰ ਉਦੋਂ ਬਾਅਦ ਸੁਪਰੀਮ ਕੋਰਟ ਨੇ ਜਾਂ ਉਹਨਾਂ ਨੂੰ ਆਗਿਆ ਦੇ ਦੇਣੀ ਕਿ ਉਹਦੇ ਉੱਤੋਂ ਰਿਲੀਜ਼ ਕਰ ਦੇਣੀ ਇਹ ਕਿਸਮ ਦਾ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ ਕਿ ਸਿੱਖ ਆਪਣੇ ਨਾਲ ਹੋਏ ਧੱਕੇ ਬਾਰੇ ਵੀ ਨਹੀਂ ਦੱਸ ਸਕਦੇ ਸੋ ਮੇਰਾ ਖਿਆਲ ਇਦੋਂ ਵੱਧ ਕੋਈ ਹੋਰ ਗੱਲ ਕਹਿਣ ਦੇ ਮੈਂ ਤਾਂ ਸਮਝਦਾ ਨਹੀਂ ਕਿ ਆਮ ਜਿਹੜੇ ਬਾਹਰ ਤਕਰੀਬਨ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਕਿਵੇਂ ਰੋਸ ਮੁਜ਼ਾਹਰੇ ਹੋ ਰਹੇ ਨੇ ਕਿ ਸਿੱਖਾਂ ਨੂੰ ਉਸ ਮੁਲਕ ਦੇ ਵਿੱਚ ਜਿੱਥੇ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਉੱਥੇ ਸਿੱਖਾਂ ਦੇ ਨਾਲ ਦੂਜੇ ਦਰਜੇ ਸ਼ਹਿਰੀ ਦਾ ਜਿਹੜਾ ਕਿਉਂ ਵਰਤਾਰਾ ਕੀਤਾ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ ਕਿ ਇੰਡੀਆ ਦੀ ਜਿਹੜੀ ਜੁਡੀਸ਼ਰੀ ਆ ਕਿ ਉਹ ਭਾਈ ਸਿੱਖਾਂ ਲਈ ਦੋਹਰਾ ਮਾਪਮਾਨ ਕਿਉਂ ਸਮਝ ਰਹੀ ਹੈ ਜੀ ਜਿਸ ਤਰ੍ਹਾਂ ਜੀ ਤੁਸੀਂ 84 ਦੀ ਗੱਲਾਂ ਕੀਤੀ 84 ਦੇ ਵਿੱਚ ਸਿੱਖਾਂ ਦੇ ਨਾਲ ਨਸਲ ਕੁਸ਼ੀ ਹੋਈ ਸੀ ਦਿੱਲੀ ਦੇ ਵਿੱਚ ਉਸ ਵੇਲੇ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਇਨਵੈਸਟੀਗੇਸ਼ਨ ਅਗਰ ਇਹ ਚੀਜ਼ ਦੀ ਇਨਵੈਸਟੀਗੇਸ਼ਨ ਹੋਏਗੀ ਤਾਂ ਇਸ ਵਿੱਚ ਸਿੱਖਾਂ ਦਾ ਹੀ ਨੁਕਸਾਨ ਹੈ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਗੱਲ ਸੱਚ ਸਾਬਿਤ ਹੋ ਰਹੀ ਹੈ ਹੁਣ ਨਹੀਂ ਦੇਖੋ ਜੀ ਉਦੋਂ ਉਹਨੇ ਇਹ ਵੀ ਇਹ ਗੱਲ ਕਹੀ ਸੀ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤੇ ਉਹ ਧਰਤੀ ਹਿਲਦੀ ਆ ਔਰ ਮੇਰੇ ਸਮਝ ਦੇ ਮੁਤਾਬਕ ਜੋ ਇਹ ਵਾਕਿਆ ਬਿਲਕੁਲ ਠੀਕ ਆ ਕਿ ਉਸ ਵੇਲੇ ਧਰਤੀ ਕੰਬੀ ਆ ਔਰ ਅੱਜ ਮੇਰਾ ਮਤਲਬ ਸ਼ਰੇਆਮ ਸਿੱਖਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜੇ ਦੋਸ਼ੀ ਨੇ ਇਹ ਘੁੰਮ ਫਿਰ ਰਹੇ ਨੇ ਸੋ ਇਹਦੇ ਉੱਤੋਂ ਮੇਰਾ ਖਿਆਲ ਨਹੀਂ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੋਵੇ ਕਿ ਉਸ ਮੁਲਕ ਦੇ ਵਿੱਚ ਅਸੀਂ ਰਹਿੰਦਿਆਂ ਹੋਇਆਂ ਕੁਛ ਸਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਜਸਟਿਸ ਦੀ ਕਿਰਨ ਸਾਨੂੰ ਨਜ਼ਰ ਪੈਂਦੀ ਹੋਵੇ ਪਰ ਦੇਖੋ ਬਾਹਰ ਮੁਲਕਾਂ ਦੇ ਵਿੱਚ ਤੁਸੀਂ ਇਤਿਹਾਸ ਤੋਂ ਜਾਣੂ ਹੋ ਕਿ ਕਾਮਾਗਾਟਾ ਮਾਰੂ ਦਾ ਇਤਿਹਾਸ ਆਮ ਸਿੱਖਾਂ ਨੇ ਪੜ੍ਹਿਆ ਸੁਣਿਆ ਹੋਵੇਗਾ ਕਿ ਸੈਂਕੜੇ ਸਾਲ ਬੀਤਣ ਦੇ ਬਾਵਜੂਦ ਉਸ ਗੌਰਮੈਂਟ ਨੇ ਮਾਫ਼ੀ ਮੰਗੀ ਜਲ੍ਹਿਆਂਵਾਲੇ ਬਾਗ ਦੇ ਵਿੱਚ ਆ ਕੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਕਿਹੜੇ ਸ਼ਬਦ ਉਹ ਕਿਤਾਬ ਦੇ ਵਿੱਚ ਲਿਖੇ ਔਰ 84 ਤੋਂ ਬਾਅਦ ਸਾਡੇ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਪਾਰਲੀਮੈਂਟ ਮੈਂਬਰ ਨੇ ਇਹ ਮਤਾ ਨਾ ਲਿਆਉਣਾ ਜਾਂ ਇਹੋ ਜਿਹੀ ਗਲਤੀ ਨਾ ਮੰਨਣੀ ਸੋ ਇਹ ਸ਼ਰੇਆਮ ਜਿਹੜੀ ਮੂੰਹ ਬੋਲਦੀ ਤਸਵੀਰ ਆ ਕਿ ਸਿੱਖਾਂ ਨਾਲ ਜੋ ਧੱਕਾ ਉੱਥੇ ਹੋ ਰਿਹਾ ਉਹਦਾ ਕੋਈ ਹਾਲੇ ਤਾਈਂ ਤਾਂ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਕਿ ਸਿੱਖਾਂ ਨੂੰ ਉੱਥੋਂ ਜੁਡੀਸ਼ਰੀ ਦੇ ਵਿੱਚੋਂ ਕੋਈ ਸਿਸਟਮ ਮਿਲ ਜਾਊਗਾ ਜੀ ਜੀ ਮੈਂ ਇੱਕ ਗੱਲ ਤੁਹਾਨੂੰ ਹੋਰ ਪੁੱਛਣਾ ਚਾਹੁੰਦੀ ਹਾਂ ਜਿਸ ਤਰ੍ਹਾਂ ਕਾਫੀ ਆਪਣੀ ਸਿੱਖ ਕੌਮ ਹੁਣ ਸੁੱਤੀ ਪਈ ਹੋਈ ਹੈ ਕਹਿੰਦੇ ਨੇ ਕਿ ਸਾਡੇ ਨਾਲ ਇਕੜ ਸਾਡੇ ਨਾਲ ਹੋਇਆ ਕਿਸੇ ਹੋਰ ਦੇ ਨਾਲ ਹੋਇਆ ਇਸ ਕਰਕੇ ਲੋਕ ਇੰਨੇ ਜਾਗਰੂਕ ਨਹੀਂ ਹੈ ਤੁਸੀਂ ਉਹਨਾਂ ਸਿੱਖਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹਨਾਂ ਸਿੱਖਾਂ ਨੂੰ ਤਾਂ ਮੈਂ ਇੰਨੀ ਕੁ ਬੇਨਤੀ ਕਰਾਂਗਾ ਕਿ ਦੇਖੋ ਜਦੋਂ ਗੌਰਮੈਂਟਾਂ ਦੇ ਹੱਥ ਬੜੇ ਲੰਮੇ ਹੁੰਦੇ ਨੇ ਇਹਨਾਂ ਕੋਲ ਹਰ ਤਰ੍ਹਾਂ ਦੇ ਪ੍ਰਚਾਰ ਦੇ ਸਾਧਨ ਨੇ ਆਪ ਜੀ ਨੇ ਦੇਖਿਆ ਹੋਵੇਗਾ ਕਿ ਜਦੋਂ ਆਪਣੇ ਭਾਈ ਰਾਜੋਵਾਲ ਨੂੰ ਜਿਹੜੀ ਫਾਂਸੀ ਦਾ ਹੁਕਮ ਸੁਣਾਇਆ ਗਿਆ ਔਰ ਆਪ ਜੀ ਨੇ ਦੇਖਿਆ ਹੋਵੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਐਸਾ ਘਰ ਨਹੀਂ ਸੀ ਜਿਹਨਾਂ ਨੇ ਕੇਸਰੀ ਨਿਸ਼ਾਨ ਸਾਹਿਬ ਨਾ ਚਲਾਏ ਹੋਣ ਹੌਲੀ ਹੌਲੀ ਜਿਹੜੀ ਸਿੱਖਾਂ ਦੇ ਵਿੱਚ ਜਾਗਰਕ ਪੈਦਾ ਹੋ ਰਹੀ ਆ ਵਿਦੇਸ਼ੀ ਬੈਠਾ ਸਿੱਖ ਜਿਹੜਾ ਉਹ ਮੀਡੀਏ ਰਾਹੀਂ ਆਪਣੇ ਹੱਕਾਂ ਪ੍ਰਤੀ ਸੁਚੇਤ ਆ ਸੋ ਮੈਂ ਸਮਝਦਾ ਕਿ ਉਹ ਕੋਈ ਸਮਾਂ ਦੂਰ ਨਹੀਂ ਹੈ ਜਦੋਂ ਕਿ ਸਿੱਖ ਕੌਮ ਜਿਹੜੇ ਹਾਲੇ ਪਿੰਡਾਂ ਦੇ ਵਿੱਚ ਦੇਖੋ ਆਰਥਿਕ ਪੱਖੋਂ ਅਸੀਂ ਸਾਨੂੰ ਕੰਗਾਲ ਕਰ ਦਿੱਤਾ ਗਿਆ ਉਸ ਧਰਤੀ ਦੇ ਉੱਤੇ ਔਰ ਸਾਡੀਆਂ ਜ਼ਮੀਨਾਂ ਤੇ ਟੈਕਸ ਲਾਏ ਜਾ ਰਹੇ ਨੇ ਮੇਰਾ ਖਿਆਲ ਹੈ ਕਿ ਆਪਣੇ ਆਪ ਹੀ ਕੋਈ ਏਦਾਂ ਦਾ ਗੁਰੂ ਮਹਾਰਾਜ ਅਕਾਲ ਪੁਰਖ ਪਾਣਾ ਵਰਤਾਵੇ ਤੇ ਜਿਹੜੇ ਸਿੱਖ ਉਹ ਜਾਗਰੂਕ ਹੋਣਗੇ ਪਰ ਮੈਂ ਇੱਕ ਗੱਲ ਜ਼ਰੂਰ ਸਮਝਦਾ ਕਿ ਬਾਹਰ ਬੈਠਾ ਜਿਹੜਾ ਸਿੱਖ ਆ ਉਹ ਹਰ ਇੱਕ ਗੱਲ ਤੋਂ ਜਿਹੜਾ ਚੇਤੰਨ ਆ ਉਹ ਆਪਣੇ ਪੰਜਾਬ ਦੀ ਧਰਤੀ ਜਿਹੜੀ ਗੁਰੂ ਪੀਰਾਂ ਦੀ ਸਾਡੀ ਧਰਤੀ ਆ ਜੇ ਇਸ ਧਰਤੀ ਲਈ ਅਸੀਂ ਕਿੰਨੀਆਂ ਕੁਰਬਾਨੀਆਂ ਆਪਣਾ ਲਹੂ ਡੋਲਿਆ ਤੋ ਮੇਰਾ ਬੈਠਾ ਖਿਆਲ ਆ ਕਿ ਜਿਹੜਾ ਵਿਦੇਸ਼ੀ ਬੈਠਾ ਸਿੱਖ ਆ ਉਹ ਇੱਕ ਇੱਕ ਮਿੰਟ ਲਈ ਆਪਣੇ ਪੰਜਾਬ ਲਈ ਚਿੰਤਤ ਆ ਉਸ ਧਰਤੀ ਲਈ ਚਿੰਤਤ ਆ ਕਿ ਜਿੱਥੇ ਨਸ਼ਿਆਂ ਦੇ ਦਰਿਆ ਵਗ ਰਹੇ ਨੇ ਔਰ ਆਹ ਕੁਛ ਸਿੱਖਾਂ ਨਾਲ ਹੋ ਰਿਹਾ ਸੋ ਸਾਨੂੰ ਜਾਗਰੂਕ ਹੋਣ ਦੀ ਲੋੜ ਆ ਅਰਦਾਸ ਕਰਨ ਦੀ ਲੋੜ ਆ ਸੱਚੇ ਪਾਤਸ਼ਾਹ ਸਾਨੂੰ ਸਭ ਨੂੰ ਸਮੱਤ ਬਖਸ਼ੇ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ
अपने हकों की जी लड़ाई है वो असी लड़ सकी है जी बिल्कुल। तो हुंदी साहब जिस तरह तुसी मार कर रहे सारे गुरुद्वारे के प्रेजिडेंट हो कि तुसी ए सज्जन कुमार की रिहाई लई तुसी की एक्शन ले रहे हो? देखो असी तो जिथे जिथे लोगों को कॉल दी उथे उथे लोगों ने मुजाहरे किए और पटीशनां ते साइन करवाए अपने अपने जिहड़े नुमाइंदे ने इत्थों दी कांग्रेसमैन ने मैंबर ने उन्हां नूं पटीशनां राही ईमेलां राही जिहड़ा जागर किया गया कि भाई बाहर बैठा सिख भी जिहड़ा इन्हां मुल्कां दी आर्थिक पक्षों बड़ा योगदान पा रहा असी इन्हां शहरां दे इन्हां मुल्कां दे हुण सिटीजन और बड़े चंगे सिटीजन आ ये लोग सानू मान जिहड़े इंसाफ पसंद गौरमेंट आ वो साडी गल भी सुनदी आ हौली हौली जिवें आप जी ने देखा कि सिखां दा एक पिछले दिनों दे विच वाशिंगटन दे विच कोई तकरीबन 29 कांग्रेसमैना ने एक सिख काकस बनाया सो आने वाले समय दे विच हौली हौली इन्हां लोगों नू एजुकेट करके असी अपने होर धक्कियां बारे इन्हां नू जागरूक करांगे सो इह जिहियां गल्लां जिहड़ियां उह जरूर आने वाले समय च हुंदियां रहिणगियां और सब तो वड्डी साडी अरदास आ सच्चे पातशाह दे अगे कि भाई असी हमेशा ही दो वेले अरदास करदे आ कि नानक नाम चढ़दी कला तेरे पाणे सरबत दा भला और सरबत दा भला मंगण वाली कौम दा अज की हाल हो रहा वो आप सब दे सामने आ जी। आपो अपने हकां लई चतन होवे और असीं इह वी अरदास करदे आं कि जिहो जे तुहाडे टीवी चैनल जां चल रहे ने कि इहनां नूं दिन दुगनी रात चुगनी तरक्की बख्शे ता कि जिहो जिहे प्रोग्राम तुसी अपने हकां दे संगतां दे सामने लिया रहे हो ते इहनू वध तों वध जिहड़ा हाईलाइट इहनां इशूआं नूं कीता जावे जल्दी तों जल्दी जिहड़े साडे प्रोग्राम ने ओह डिश राहीं जां केबल राहीं आम संगतां तक जिहड़े शाम नूं घरां 'च वी साडे बजुर्ग ने मातावां ने बैठियां ने उहनां तक जिहड़े सिखां दे नाल होर धक्के दी जानकारी आ ओह सानूं मिलदी रहे सो मैं तां इही अरदास करांगा कि सच्चे पातशाह सानूं सब नूं समत बख्शे कि सानू अपनी गुरसिखी दे उत्ते चलण दा बल बख्शे सानू अपने हक्कां प्रति जो साडे पंजाब दी धरती ते साडे वीर भैण भरा बजुर्ग साडे बैठे ने असी उहनां दे मोढे नाल मोढा ला के असी उहनां दी हर तरहां दी हिफाजत कर सकीए इन्नियां मेरियां बेनतियां भैण जी जी। ते वीर जी सानू दसणा चाहुंदे कि तुसी सानू टीवी ते वी देख सकदे टाइम वार्नर चैनल 572 ते वी साडा टीवी चैनल चल रिहा ते तुसी tv84.tv ते वी साडी लाइव स्ट्रीम ते वी सानू वेख सकदे हो। ते वीर जी इस दे नाल ही मैं तुहाडे कोल इजाजत लैंदी हां टाइम टाइम नाल तुहानू फिर गलबात करांगे तद तक लई सति श्री अकाल वाहिगुरू जी का खालसा वाहिगुरू जी की फतह। हां जी भैण जी तुहाडा सब दा बहुत बहुत धन्नवाद जिन्हां ने नमाणे जां सिख नूं आप संगतां दे रूबरू कराया सो मैं तुहाडे सारे स्टाफ दा tv84 दे समूह जिन्ने भी तुसी प्रबंधक हो तुहाडा बहुत बहुत धन्नवाद वाहिगुरू जी का खालसा वाहिगुरू जी की फतेह। ते व्यूअर्स इत्थे वक्त हो गया एक छोटे जे ब्रेक दा साडे नाल इसी तरह बने रहो विल बी राइट आफ्टर अ शॉर्ट ब्रेक कीप वाचिंग न्यूज़ टीवी 84 दे नाल।